हेलो जी, सत श्री अकाल, सलाम अदाब नमस्कार जी सारियां नूं। मैं हाँ गुरमीत कौर, पिंड पंजाब दे चैनल ते तुहाड़ा स्वागत है। अज तरीक हैगी है जी 2 नवंबर ते दोपहर दा टाइम है ते मैं खेत रोटी लैके जा रही हाँ। अज अपने कणक बीजदे ने, चलो जी आपां तुहानूं खेत लै चलदे हां। नाले आपां उत्थे तुहानूं जीरी दा केयर किन्ना होया उहदे बारे दस्सांगे किहड़ी जीरी सी, ते नाले आपां कणक दे बीज बारे दस्सांगे ਵੀ 1 ਕਿੱਲੇ ਦੇ ਵਿੱਚ ਆਪਾਂ ਕਿੰਨਾ ਬੀਜ ਪਾਉਂਦੇ ਹਾਂ, ਕਿੰਨਾ ਰੇਹ ਪਾਉਂਦੇ ਹਾਂਗੇ, ਅਤੇ ਕਿਹੜਾ ਬੀਜ ਹੈ ਅਤੇ ਕੀ ਪਿਛਲੇ ਸਾਲ ਕਿਹੜਾ ਸੀ ਅਤੇ ਉਹਦਾ ਕੇਅਰ ਕੀ ਸੀ, ਸਾਰੀ ਗੱਲਬਾਤ ਆਪਾਂ ਉੱਥੇ ਤੁਹਾਡੇ ਨਾਲ ਕਰਾਂਗੇ। ਚਲੋ ਜੀ ਆਪਾਂ ਖੇਤ ਚੱਲੀਏ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਜ ਕਣਕ ਦੀ ਬਿਜਾਈ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ, ਪਲੀਜ਼ ਇਹ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ, ਕਿਉਂਕਿ ਜਿਸ ਚੈਨਲ 'ਤੇ ਮਿਲਣਗੀਆਂ ਤੁਹਾਨੂੰ ਪਿੰਡਾਂ ਦੇ ਰਹਿਣ ਸਹਿਣ ਰਿਲੇਟਡ ਵੀਡੀਓ, ਵੀ ਪਿੰਡਾਂ ਦਾ ਲਾਈਫ ਸਟਾਈਲ ਜਿਹੜਾ ਕਿਸ ਤਰ੍ਹਾਂ ਦਾ, ਜੇ ਤੁਹਾਨੂੰ ਇੰਟਰਸਟ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਚਲੋ ਜੀ ਆਪਾਂ ਚੱਲਦੇ ਹਾਂ ਖੇਤ 'ਤੇ ਡੇਲੀ, ਅਤੇ ਡੇਲੀ ਮੈਂ ਇਸ ਚੈਨਲ 'ਤੇ ਵੀਡੀਓ ਅਪਲੋਡ ਕਰਦੀ ਹਾਂ ਜੀ ਹਰ ਰੋਜ਼ 7 ਵਜੇ ਇੰਡੀਆ ਦੇ ਟਾਈਮ ਦੇ ਅਕੋਰਡਿੰਗ। ਇਸ ਕਰਕੇ ਤੁਸੀਂ ਜਿਹੜੇ ਵੀ ਕੰਟਰੀ ਦੇ ਵਿੱਚ ਰਹਿੰਦੇ ਹੋ ਆਪਣਾ ਟਾਈਮ ਤੁਸੀਂ ਮਿਲਾ ਲਓ। ਅਤੇ ਚਲੋ ਜੀ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ, ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਚਲੋ ਜੀ ਆਪਾਂ ਤੁਹਾਨੂੰ ਖੇਤ ਲੈ ਚੱਲਦੇ ਹਾਂ। ਸਭ ਤੋਂ ਪਹਿਲਾਂ ਨਾ ਆਪਾਂ ਚਾਹ ਰੋਟੀ ਖਵਾ ਦਿੰਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਕਣਕ ਦੀ ਬਿਜਾਈ ਦੀ, ਵੀ ਕਿਹੜਾ ਬੀਜ ਪਾ ਰਹੇ ਹਾਂਗੇ ਅਤੇ ਕਿੰਨਾ ਪਾ ਰਹੇ ਹਾਂ ਅਤੇ ਕਿੰਨਾ ਆਪਣਾ ਝੋਨੇ ਦਾ ਕੇਅਰ ਨਿਕਲਿਆ, ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ। ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਜਿਹੜਾ ਆਹ ਵਾਲਾ ਪਟਾ ਨਾ, ਇਹ ਸਾਰਾ ਬੀਜ ਦਿੱਤਾ ਹੈਗਾ, ਇਹਨੂੰ ਲੱਗੇ ਹੋਏ ਨੇ, ਦੇਖੋ ਜੀ ਕਿੰਨੇ ਕੁ ਵਜੇ ਤੱਕ ਬੀਜੂਗੀ। 2:05 ਜਾਣਗੇ, ਹੋ ਸਕਦਾ 5 ਵੱਜ ਜਾਣ। ਇਹ ਵਾਲਾ ਬੀਜ ਤਾਂ 11 ਵਜੇ ਲੱਗੇ ਸੀ, 11 ਵਜੇ ਇਹ ਵਾਲਾ ਸਾਰਾ ਬੀਜਿਆ ਗਿਆ, 11 ਵਾਲੀ ਚਾਹ ਪੀ ਕੇ ਲੱਗੇ ਸੀ, 11 ਵਜੇ ਲੱਗੇ ਸੀ ਬੀਜਣ। ਇਹ ਵਾਲਾ ਰਹਿੰਦਾ ਹੈਗਾ, 5 ਵੱਜ ਜਾਣਗੇ ਇਹਨਾਂ ਨੂੰ ਬੀਜ ਦਿਆਂ। ਚਟਨੀ ਦੇਵਾ ਭਾਈ ਫਿਰ, ਖਾਣਾ ਚਾਹ ਫਿਰ। ਰਿਪਨ ਆ ਜਾ, ਤੂੰ ਵੀ ਰੋਟੀ ਖਾ ਲਾ ਵੇ, ਭੁੱਖ ਨੇ, ਚਾਹ ਪੀ ਲੈ ਚੰਗਾ। रोटी नहीं खानी, क्यों नहीं रोटी खानी, चाय पी ला चंगा, चाय भी नहीं पीनी, चाह तो पी, चाह पी ला रोटी।
लो जी आप कणक बारे जानकारी दे दें इन्ने टाइम चाह पीते ने आ जाओ लो जी हुण आपां तुहानूं दस्सदे आं बी बारे वी किहड़ा बी पा रहेंगे ये हैगा डाया बोलदे आ पी डाया डाइमोनिया यह पाया जाऊगा तो यह हैगी है कणक पिछले साल आपां बीजी सी जिहड़ी अपनी कणक वह हैगी सी 3086 ऐतकी हैगी है किहड़ी है जी 187 ऐतकी हैगी है 187 ऐतकी मास्टर जी कहिंदे आपां वी बदल के वेख लैंदे आं असीं बहुत सालां तों 3086 बीजदे सी ते जिहड़ा उहदा केर सी 3086 दा 60-62 मन तक पै जाता सी कई बार 65 तक भी पहुँच जाता सी मतलब कि 58 तो कदे डिगी नहीं सी ना जी 58 तो नहीं घटी कदे 58 तो कदे घटी नहीं सी ते 65 तो कदे बधी नहीं सी इहदे विच इन्ना क केर आउंदा सी इह मैं केर दी गल करदी आं जी 8 कनालां दी साडे वल ना 8 कनालां नूं 1 किला मन्निया जांदा 1 एकड़ मन्निया जांदा गा 8 कनालां दे विच जिहड़ी 3086 हैगी उहदा जिहड़ा केर निकलदा सीगा 58 मन तों लैके 65 मन के बिच विच सी 65 मन तो वधदा नहीं सी ते 58 मन तो घटदा नहीं सी ऐतकी जिहड़ी इह वाली आपां जिहड़ा इह बीज बदलिया गा इहदा केर कह रहे ने यूनीवर्सिटी वाले भी ज़्यादा गा कहिंदे ने भी 68 तो ज़्यादा ज़्यादा भी 75 तक पहुँच जांदा चलो जी 70 निकलिया इन्ना ही बहुत है 68 भी निकलिया 68 मन 8 कनालां दा आपां नूं इन्ना ही बहुत हैगा इह बीज ना आपां ऐतकी पिंडों ही मिल गया पहलां मास्टर जी पुछ गया सी सनाम उहदा रेट सी जिहड़ा बहुत ज़्यादा हाई सी ਤੇ ਸਨਾਮ ਹੈਗਾ ਸੀ ਉਹਦਾ ਰੇਟ ਬਾਜ਼ਾਰ ਦੇ ਵਿੱਚ ਅਸੀਂ ਪਤਾ ਕਰਿਆ ਸੀ 40 ਕਿਲੋ ਜੀ 2500 ਦੀ ਕਿੰਨੇ ਦੀ ਹੋ ਗਈ 60-65 ਰੁਪਏ ਕਿਲੋ ਹੋ ਗਈ ਪਤਾ ਨਹੀਂ ਤੁਸੀਂ ਕੈਲਕੂਲੇਸ਼ਨ ਕਰ ਲਿਓ ਕਿੰਨੇ ਰੁਪਏ ਕਿਲੋ ਹੋ ਗਈ ਇੱਥੇ ਜਦੋਂ ਮਾਸਟਰ ਜੀ ਨੇ ਗੱਲ ਕਰੀ ਆਪਣੇ ਕਜ਼ਨ ਕੋਲ ਵੀ ਮੈਂ ਉਹ ਕਣਕ ਬੀਜਣੀ ਆ ਤਾਂ ਉਹਨਾਂ ਨੇ ਦੱਸਤਾ ਵੀ ਪਿੰਡ 'ਚ ਕਿਸੇ ਦੇ ਹੈਗੀ ਹੈ ਚਲੋ ਜੀ ਉਹਨਾਂ ਨੇ ਆਪਾਂ ਨੂੰ ਦੇ ਦਿੱਤਾ ਬੀਜ ਆਪਾਂ ਬੱਟੇ ਦੀ ਬੱਟੇ ਆਪਣੀ ਕਣਕ ਦੇ ਦਾਂਗੇ 3086 ਜਿਹੜੀ ਆਪਾਂ ਪਿਛਲੇ ਸਾਲ ਬੀਜੀ ਸੀ ਅਤੇ ਉਹਦਾ ਕੇਰ ਬਸ ਇੰਨਾ ਕੁ 60 ਮਣ ਦਾ 62 ਮਣ ਦਾ ਨਿਕਲ ਆਉਂਦਾ ਸੀ ਤੇ ਹੁਣ ਆਪਾਂ ਗੱਲ ਕਰੀਏ ਜੀ ਇਹਦੇ ਵਿੱਚ ਬੀਜ ਦੀ ਵੀ ਆਪਾਂ ਕਿੰਨਾ ਪਾਉਣੇ ਆ 8 ਕਨਾਲਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਾਡੇ ਵੱਲ 8 ਕਨਾਲਾਂ ਨੂੰ 1 ਏਕੜ ਜਾਂ 1 ਕਿਲਾ ਮੰਨਿਆ ਜਾਂਦਾ ਤੇ 8 ਕਨਾਲਾਂ ਦੇ ਵਿੱਚ ਆਪਾਂ 45 ਕਿਲੋ ਕਣਕ ਪਾ ਰਹੇ ਹਾਂਗੇ ਤੇ ਡਾਇਆ ਦੀ ਪਾ ਰਹੇ ਹਾਂ ਆਪਾਂ 1 ਬੋਰੀ ਇਹ ਹਿਸਾਬ ਕਿਤਾਬ ਹੈ ਜੇ ਤੁਹਾਡੇ ਵੱਲ ਕਿੰਨਾ ਵੱਧ ਘੱਟ ਪਾਉਂਦੇ ਨੇ ਤੁਸੀਂ ਵੇਖ ਲਿਓ ਤੇ ਜਿਹੜੇ ਮੇਰੇ ਕਿਸਾਨ ਵੀਰ ਆ ਜੀ ਉਹਨਾਂ ਨੂੰ ਪਤਾ ਹੈ ਕਈ ਜਗ੍ਹਾ ਹੋ ਸਕਦਾ ਵੀ ਜਿਵੇਂ ਵੱਡੇ ਕਿੱਲੇ ਹੁੰਦੇ ਨੇ ਹਨਾ ਕਈ ਵਾਰ ਥਾਵੇਂ 10-10 ਕਨਾਲਾਂ ਦਾ 1 ਕਿੱਲਾ ਹੁੰਦਾ ਹੈਗਾ ਤੇ ਕਿਲੇ ਏਕੜਾਂ ਦਾ ਫਰਕ ਪੈ ਜਾਂਦਾ ਜੇ ਆਪਾਂ ਕਨਾਲਾਂ ਦਾ ਮੈਜ਼ਰਮੈਂਟ ਕਰੀਏ ਤਾਂ ਪਤਾ ਲੱਗ ਜਾਂਦਾ ਫਿਰ ਤੇ ਇਹ 45 ਕਿਲੋ ਪਾ ਰਹੇ ਹਾਂਗੇ ਆਪਾਂ ਕਣਕ ਤੇ 1 ਬੋਰੀ ਯਾਨੀ ਕਿ 50 ਕਿਲੋ ਪਾ ਰਹੇ ਹਾਂ DAP ਡਾਈਮੋਨੀਆ ਡਾਇਆ ਇਹਦਾ ਹਿਸਾਬ ਕਿਤਾਬ ਹੈ ਦੇਖੋ ਜੀ ਕਿੰਨੀ ਨਿਕਲਦੀ ਹੈ ਵਾਹਿਗੁਰੂ ਜੀ ਦਾ ਨਾਮ ਲੈ ਕੇ ਕਿਹੜਾ ਆਪਾਂ ਬੀਜਣੀ ਸ਼ੁਰੂ ਕਰ ਦਿੱਤੀ ਹੈ ਇਹਦਾਂ ਪਟ ਆਪਾਂ ਸਾਰਾ ਬੀਜ ਦਿੱਤਾ ਹੈਗਾ ਤੇ ਇਹਨੂੰ ਲੱਗੇ ਹੋਇਆਂਗੇ ਹੋ ਸਕਦਾ 5 ਵੱਜ ਜਾਣ ਜਿਹੜਾ ਇਹ ਚਰੀ ਵਾਲਾ ਕਿਹਾ ਮਾਸਟਰ ਜੀ ਇਹ ਵੀ ਕਹਿੰਦੇ ਨੇ ਬੀਜਣ ਨੂੰ ਪਰ ਇਹਦੇ ਵਿੱਚ ਮੇਰੀ ਸਲਾਹ ਵੀ ਆਪਾਂ ਨਾ ਕਣਕ ਬੀਜ ਕੇ ਸਰੋਂ ਬੀਜਾਂਗੇ ਕਿਉਂਕਿ ਆਪਣੇ ਘਰ ਦਾ ਫਿਰ ਤੇਲ ਹੋ ਜਾਊਗਾ ਸਰੋਂ ਬੀਜ ਲਾਂਗੇ ਇਹਦੇ ਵਿੱਚ ਇੱਧਰ ਕਣਕ ਬੀਜ ਦਾਂਗੇ ਬਸ ਲਓ ਜੀ ਇਹ ਤੁਹਾਨੂੰ ਮੈਂ ਹਿਸਾਬ ਕਿਤਾਬ ਦੱਸ ਦਿੱਤਾ ਹੈਗਾ ਵੀ ਕਿੰਨਾ ਆਪਾਂ ਪਾਉਣੇ ਆਂਗੇ ਕਣਕ ਪਾਈ ਹੈ ਤੇ ਕਿੰਨਾ ਡਾਇਆ ਪਾਇਆ ਤੇ 187 ਇਹ ਬੀਜ ਹੈ ਐਤਕੀ ਪਹਿਲੀ ਵਾਰ ਬੀਜਿਆਗਾ ਤੇ ਅਗਲੇ ਸਾਲ ਆਪਾਂ ਜਦੋਂ ਵੀ ਮਤਲਬ ਕਿ ਅਗਲੇ ਸਾਲ ਨਹੀਂ ਜਦੋਂ ਆਪਾਂ ਇਹਦਾ ਕੇਰ ਨਿਕਲ ਗਿਆ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਆਪਣੀ ਵੀ ਦੂਜੀ ਨਾਲੋਂ ਕਿੰਨਾ ਕੁ ਨਿਕਲਿਆਗਾ ਉਹ ਮੈਂ ਤੁਹਾਨੂੰ ਦੱਸਿਆ ਜੀ 65 ਤੋਂ ਲੈ ਕੇ ਸੌਰੀ 58 ਤੋਂ ਲੈ ਕੇ 65 ਦੇ ਵਿੱਚ ਰਹਿੰਦਾ ਹੈਗਾ ਇਹਦਾ 70 ਵੀ ਨਿਕਲਿਆ ਇਹਨਾਂ ਜੇ 70 ਮਣ ਵੀ ਨਿਕਲਿਆ 8 ਕਨਾਲਾਂ ਦਾ ਤਾਂ ਬਹੁਤ ਜ਼ਿਆਦਾ ਹੈਗਾ ਬਾਕੀ ਜੀ ਕਹਿੰਦੇ ਹੁੰਦੇ ਨੇ ਵੀ ਐਂ ਤਾਂ ਨੀਤ ਭਰਦੀ ਹੋਈ ਨਹੀਂ ਹੈਗੀ ਬਹੁਤ ਇੰਨਾ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬਸ ਵੀ ਸੁੱਖ ਸ਼ਾਂਤੀ ਰਹੇ ਫਸਲਾਂ ਤਾਂ ਵੱਧ ਘੱਟ ਹੁੰਦੀਆਂ ਹੀ ਰਹਿੰਦੀਆਂ ਨੇ ਜਿਹੜਾ ਕੋਈ ਇਨਸਾਨੀ ਘਾਟਾ ਨਾ ਹੈ ਨਾ ਪਰਿਵਾਰਕ ਮੈਂਬਰ ਦਾ ਘਾਟਾ ਉਹ ਨਾ ਕੋਈ ਪਵੇ ਕੋਈ ਸੱਟ ਫੇਟ ਤੋਂ ਪਰਮਾਤਮਾ ਸੁੱਖ ਸ਼ਾਂਤ ਰੱਖੇ ਫਸਲ ਦਾ ਤਾਂ ਕੋਈ ਚੱਕਰ ਨਹੀਂ ਜੀ ਕਦੇ ਵੱਧ ਗਈ ਕਦੇ ਘੱਟ ਗਈ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਚਲੋ ਜੀ ਪਹਿਲਾਂ ਮੈਂ ਚਾਹ ਪੀ ਲੈਣਾ ਰੋਟੀ ਖਾ ਲੈਣਾ ਆਪਾਂ ਤੁਹਾਨੂੰ ਕਣਕ ਬੀਜ ਦੇ ਦਿਖਾਵਾਂਗੇ ਤੇ ਫਿਰ ਮੈਂ ਦੱਸੂਗੀ ਤੁਹਾਨੂੰ ਆਪਣੀ ਜੀਰੀ ਦਾ ਕੇਅਰ ਕਾਫੀ ਵਿਊਅਰਸ ਪੁੱਛਦੇ ਸੀ ਵੀ ਤੁਹਾਡੀ ਜੀਰੀ ਕਿੰਨੀ ਹੋਈ ਹੈ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਮੈਂ ਚਾਹ ਪੀ ਲੈ ਪਹਿਲਾਂ ਨਾਲੇ ਆਪਾਂ ਤੁਹਾਨੂੰ ਇਹ ਬੀਜ ਦੇ ਦਿਖਾਵਾਂਗੇ ਹੁਣੀ ਵੀ ਜੋਗੇ ਤੁਸੀਂ ਫਿਰ ਮੈਂ ਚਾਹ ਫਿਰ ਪੀ ਲੂੰ ਚਲੋ ਜੀ ਸਿਖਾਓ ਮੈਨੂੰ ਫਿਰ ਮੈਂ ਥੋੜੀ ਹੈਲਪ ਕਰਵਾ ਦਿਆ ਕਰੂੰ ਚੰਗਾ
मैं सीखना चाहिए, मैं लगता फिर मैं मास्टर जी ने हेल्प करवा दिया करूँगी। जिस जिम्मे ये कल्ले बाहन बाँदे ने थोड़ी मोटी हेल्प जहाँ कणक बिजाई के जरूर मैं सीखूंगी। पता की गल है मैं घर के कामों तो वेल नहीं, मेरा बहुत ज़्यादा दिल करता भी मैं गड्डी भी सीखा ट्रैक्टर भी सीखा तो पूरी मैं अपने हसबेंड के नाल हेल्प करवाव। चलो जी आप चल देंगे तो आप जीरी बारे गल करते हैं, आ जाओ जी। जी रोटी खा लो चटनी नाल। काफ़ी व्यूवर्स सोचते हो गए भी कल दोपहरे भी रोटी चटनी नाल सी, हुण भी रोटी चटनी नाल। यह इस तरह ही हुंदा जी, जे खेत दे विच है ना जदों कम चलता हुंदा सवेरे शाम जिहड़ी दाल सब्जी हुंदी है ते दोपहरे चटनी हुंदी है, क्योंकि खेत दे विच दाल सब्जी लियाउणी औखी है, चटनी ते अचार मेन हुंदे ने। चलो तुसीं भी खा लो रोटी, है तां जी रुखी सुखी है पर अपने खेत दे विच जिहड़ा बैठ के खाण दा आनंद कुछ होर ही हुंदा। चलो जी पहला परोठी खा लईए फिर गल करदे आं। चलो जी चार रोटी आप खवा दी है नाले खा ली है तो आप घर चलते हैं, पर उस तो पहले आप गल करते हैं जीरी के घेर की। तो काफ़ी व्यूवर्स पूछते हैं जी झोने के घेर बारे भी, तुम झोने का झाड़ नहीं दसिया भी कि निकलिया। झोने का झाड़ अपना बहुत सोहना होगा, पिछले साल अपने निकलिया से जी 86 मण, इस साल अपना 11 मण है जोड़ा 1 किले मगर बढ़ गया। मैं तुम्हें तो पहले ही दसिया साढ़े 8 कनालों 1 किला कहें नहीं, 8 कनाल मगर अपना 11 मण बढ़ गया। इस साल अपने निकलिया जी 97 मण, 8 कनाल का 1 किले का जो 1 एकड़ का, यह साडा हिसाब किताब है, साढ़े पिंड वाल हिसाब किताब है भी 8 कनाल 1 किला कहा जाता है। पिछले साल होया सी अपना 86 मण, तो इस साल हो गया 97 मण, तो जोड़ा 11 मण हैगा किले का वह बद गया। तो पिछले साल भी मैं थोड़ा जिस दिन कणक की बिजाई करी सी उस साल ही दस्या सी, जे तुसी वो वीडियो नहीं देखी तो जरूर वेखियो, पिछले साल भी मैं वीडियो विखाई सी थोनू, तो जिहड़ा उहदा लिंक है जी थले मैं ना पिन कर दूंगी, मैं कमेंटां दे विच पिन कर दूंगी वो वीडियो का लिंक, तुसी जरूर वेखियो पिछले साल कणक की बिजाई, तो इस साल भी आप कणक की बिजाई थोनू विखा दी। चलो जी आप ब्लॉग का एंड भी इत्थे करदे आं, घर चलते हैं, वाहिगुरू अगे अरदास करदे आं भी फुल दुनिया के सुख शांति रहे, भाईचारक सांझ बनी रहे जी। तो चलो जी फिर आप ब्लॉग का एंड इत्थे करते हैं, मिलते हैं नैक्सट ब्लॉग के नाल, तद तक के लिए सत श्री अकाल, मेरा वसदा रहे पंजाब, जय जवान जय किसान।